सत श्री अकाल, आदाब ते नमस्ते, की हाल चाल है? सारे ठीक ठाक हो गए? जे तुसी मेरे चैनल ते आ गए जो चैनल नू कर दो सब्सक्राइब, वीडियो लाइक करके शेयर जरूर करियो। मेरा नाम गुरप्रीत सिंह, आपां दे नया रिएक्शन। जे तुसी चाहुंदे जो मैं किसी सोंग दे उत्ते रिएक्शन दवां, उहदा लिंक मैनू कमेंट बॉक्स दे विच या मेरे इंस्टाग्राम ते तुसी सेंड कर सकते जो। इंस्टाग्राम का लिंक तुहानू डिस्क्रिप्शन विच मिलूगा। ते अज आपां जिहड़ा सोंग लैके आए हां, बहुत ही प्यारे सिंगर ते बहुत ही सुरीले सिंगर का सोंग आ। ਇਹ ਰਣਜੀਤ ਬਾਵਾ ਜੀ ਦਾ ਸੌਂਗ ਆ, ਟਾਊਨ ਵਿੱਚ ਸੌਂਗ ਦਾ ਨਾਮ ਆ। ਇਹ ਸੌਂਗ ਦੇ ਲਿਰਿਕਸ ਜਿਨ੍ਹਾਂ ਲਿਖੇ ਆ ਉਹਨਾਂ ਦਾ ਨਾਮ ਆ ਰਾਜਵੀਰ। ਅਤੇ ਦੇਖਦੇ ਹਾਂ ਸੌਂਗ ਕੀ ਗੱਲਬਾਤ ਕੀਤੀ ਆ, ਸੌਂਗ ਦੇ ਵਿੱਚ ਕਿੱਦਾਂ ਦਾ ਸੌਂਗ ਆ, ਕੀ ਮਿਊਜ਼ਿਕ ਦਿੱਤਾ ਸੌਂਗ ਦੇ ਵਿੱਚ, ਸਾਰੀਆਂ ਗੱਲਾਂ ਆਪਾਂ ਕਰਾਂਗੇ। ਪਹਿਲਾਂ ਸੌਂਗ ਸੁਣਾਂਗੇ। ਜੇ ਤੁਸੀਂ ਅੱਜ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਵੇ। ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਚਲੋ ਫਿਰ ਆਪਾਂ ਕਰਦੇ ਹਾਂ ਸ਼ੁਰੂ, ਬਾਕੀ ਗੱਲਾਂ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਸੁਣਾਂਗੇ ਸੌਂਗ। ਚਲੋ ਫਿਰ ਚੱਲਦੇ ਹਾਂ ਸੌਂਗ ਵੱਲ। ਚੈਲੰਜਰ ਤੇ ਪੁੱਛ ਚੱਕ ਕੇ ਪੁੱਛ ਗਿੱਛ ਰੱਖੇ ਸਰਕਾਰ ਦੀ ਓਏ ਅੰਦਰਾਂ ਦੇ ਦਿਲ ਕੱਢ ਕੱਢ ਸੁੱਟਦਾ ਟੌਣ ਵਿੱਚੋਂ ਜਾਂਦਾ ਸਰਦਾਰ ਨੀ जी। सौंग टाउन विच बहुत प्यारा सौंग सी, बहुत सोहने लिरिक्स सी, ते बहुत ही प्यारा म्यूजिक दिता, बहुत प्यारा। ते रणजीत बाबा जी की क्या गल करिए, आवाज इन्नी सुरीली आ, मजा आ जाता सौंग सुन के। कोई भी सौंग गाउण ते इह ते गल सच्ची है, इन्हां दी जिहड़ी गल ते अड़ जांदे आ, जिहड़ा भी इन्हां सौंग गाया वा उत्ते विवाद जरूर बनिया वा पहलों, ते उहदे पिछे नहीं हटे। इन्हां इह नहीं कि उह सौंग डिलीट करता होवे जां इन्हां कुछ कीता होवे, उह बाकी यूट्यूब दीआं कुछ ਜਿਹੜੀਆਂ ਸ਼ਰਤਾਂ ਹੁੰਦੀਆਂ ਉਹ ਮੰਨਣੀਆਂ ਵੀ ਪੈਂਦੀਆਂ ਵਾ। ਬਾਕੀ ਇਹਨਾਂ ਵੱਲੋਂ ਕਦੀ ਉਹ ਚੀਜ਼ ਨੂੰ ਜਿਹੜੀ ਚੀਜ਼ ਨੂੰ ਗੱਲ ਕਰਦੇ ਆ ਠੋਕ ਕੇ ਕਰਦੇ ਆ, ਅਤੇ ਬਹੁਤ ਸੋਹਣਾ ਗਾਉਂਦੇ ਆ। ਕਿਆ ਬਾਤ ਹੈ, ਬਹੁਤ ਸੋਹਣਾ ਸੌਂਗ ਸੀ, ਅਤੇ ਸਰਦਾਰ ਦੀ ਟੌਰ ਹੀ ਵੱਖਰੀ ਆ ਯਾਰ।
ਤੇ ਇਹਨਾਂ ਦੀ ਮੈਨੂੰ ਇੱਕ ਗੱਲ ਬੜੀ ਵਧੀਆ ਲੱਗਦੀ ਆ, ਭਾਵੇਂ ਜਿਹੜੇ ਮਰਜ਼ੀ ਇਸ ਟਾਈਮ ਉਸ 'ਤੇ ਹੈਗੇ ਆ, ਕਿੰਨੀ ਵੱਡੀ ਪਦਵੀ ਆ, ਕਿੰਨੇ ਤਗੜੇ ਸਿੰਗਰ ਆ, ਲੋਕ ਇਹਨਾਂ ਨੂੰ ਜਾਣਦੇ ਆ, ਐਂਡ ਫੋਲੋਇੰਗ ਵੀ ਬਹੁਤ ਜ਼ਿਆਦਾ ਇਹਨਾਂ ਦੀ, ਅਤੇ ਇਹ ਕੋਈ ਵੀ ਨਸ਼ਾ ਨਹੀਂ ਕਰਦੇ। ਇਹ ਗੱਲ ਇਹਨਾਂ ਦੀ ਸਿੱਖਣ ਯੋਗ ਹੈ। ਇਹਨਾਂ ਦੇ ਇੱਕ ਬੜੀ ਵਧੀਆ ਗੱਲ ਹੈ, ਇਹਨਾਂ ਕਿਸੇ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਕਦੀ ਵੀ ਮੈਂ ਸ਼ਰਾਬ ਜਾਂ ਕਿਸੇ ਵੀ ਚੀਜ਼ ਦਾ ਸ਼ਰਵਣ ਨਹੀਂ ਕਰਦਾ। ਇਸ ਕਰਕੇ ਸਿੱਖਣ ਯੋਗ ਵੀ ਆ, ਬੰਦਾ ਜਿੱਥੇ ਮਰਜ਼ੀ ਚੱਲ ਜਾਵੇ ਅਤੇ ਆਪਣੀ ਬੰਦੇ ਨੂੰ ਉਹ 'ਚ ਰਹਿਣਾ ਚਾਹੀਦਾ, ਔਕਾਤ ਦੇ ਵਿੱਚ, ਆਪਣੀ ਲਿਮਿਟ ਦੇ ਵਿੱਚ ਰਹਿਣਾ ਚਾਹੀਦਾ ਵਾ। ਅਤੇ ਬਹੁਤ ਸੋਹਣਾ ਵਾ, ਇਹਨਾਂ ਨੂੰ ਲੋਕ ਜਿਹੜੇ ਮਿਲਦੇ ਵੀ ਆ ਬੜਾ ਪਿਆਰ ਕਰਦੇ ਆ। ਬਹੁਤ ਪਿਆਰਾ ਸੌਂਗ ਸੀ, ਬਹੁਤ ਪਿਆਰਾ ਮੈਨੂੰ ਸੌਂਗ ਲੱਗਾ। ਤੁਸੀਂ ਦੱਸਿਓ ਕਮੈਂਟ ਬਾਕਸ ਦੇ ਤੁਹਾਨੂੰ ਸੌਂਗ ਕਿੱਦਾਂ ਦਾ ਲੱਗਾ, ਅਤੇ ਜੇ ਤੁਹਾਨੂੰ ਸੌਂਗ ਵਧੀਆ ਲੱਗਾ ਹੋਵੇ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ, ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਆਪਾਂ ਮਿਲਾਂਗੇ ਜਲਦੀ ਹੀ ਅਗਲੀ ਵੀਡੀਓ 'ਚ, ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਆਦਾਬ।